ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਅਤੇ ਅੱਜ ਹੀ ਮੈਂ ਆਪਣਾ ਬਲੌਗ ਸ਼ੁਰੂ ਕੀਤਾ ਹੋਇਆ, ਸ਼ਾਮ ਤੋਂ ਮਤਲਬ ਸ਼ਾਮ ਤੋਂ ਹੀ ਸ਼ੁਰੂ ਕੀਤਾ ਹੋਇਆ ਸੀਗਾ। ਅਤੇ ਇੱਧਰ ਆਪਣੀ ਕੱਪੜੇ ਧੋਣ ਵਾਲੀ ਮਸ਼ੀਨ ਖੁੱਲ੍ਹੀ ਹੋਈ ਸੀਗੀ, ਜਿੱਧਰ ਆਪਾਂ ਕੱਪੜੇ ਡਰੇਨ ਕਰਦੇ ਹਾਂ ਉਹ ਪਾਸ। ਉੱਧਰ ਕੁਛ ਪ੍ਰੋਬਲਮ ਸੀ, ਪਤਾ ਨਹੀਂ ਕੋਈ ਸਮਾਨ ਸਮੂਨ ਪੈਣਾ ਸੀਗਾ, ਅਤੇ ਹੁਣ ਉਹ ਮੁੰਡਾ ਸਮਾਨ ਲੈ ਕੇ ਆਇਆ ਅਤੇ ਉਹਨੇ ਹੁਣ ਖੋਲ ਖਾਲ ਕੇ ਸੈੱਟ ਕਰਦਾ ਪਿਆ ਸੀਗਾ। ਅਤੇ ਆਹ ਵੇਖੋ ਜੀ ਕੋਠੇ ਦਾ ਵਿਊ, ਚਿੜੀਆਂ ਕਿੱਦਾਂ ਟਾਵਰ ਦੇ ਕੋਲ ਉੱਡਦੀ ਪਈਆਂ ਨੇ। ਇਹ ਪਹਿਲਾਂ ਆਲੇ ਦੁਆਲੇ ਉੱਡੀ ਜਾਣਗੀਆਂ, ਫਿਰ ਇਹਨਾਂ ਨੇ ਸਾਰੀਆਂ ਨੇ ਟਾਵਰ ਦੇ ਉੱਤੇ ਬਹਿ ਜਾਣਾ ਆਰਾਮ ਨਾਲ ਇਕੱਠੀਆਂ ਹੋ ਕੇ। ਅਤੇ ਮੌਸਮ ਤਾਂ ਬਹੁਤ ਜ਼ਿਆਦਾ ਗਰਮੀ ਵਾਲਾ ਹੀ ਹੈ, ਬੱਦਲ ਤਾਂ ਤੁਸੀਂ ਦੇਖ ਹੀ ਸਕਦੇ ਹੋ, ਕਿਸੇ ਪਾਸੇ ਕਾਲੇ ਲੱਗਦੇ ਪਏ, ਕਿਸੇ ਪਾਸੇ ਬਿਲਕੁਲ ਸਾਫ਼ ਹੈ, ਹਵਾ ਭੋਰਾ ਨਹੀਂ ਚੱਲਦੀ ਪਈ, ਬਹੁਤ ਜ਼ਿਆਦਾ ਗਰਮੀ ਹੈ। ਅਤੇ ਨੀਚੇ ਮਸ਼ੀਨ ਠੀਕ ਹੋ ਰਹੀ ਸੀ ਅਤੇ ਇੱਧਰ ਉੱਪਰ ਫਰਾਟਾ ਵੀ ਸਾਡਾ ਖੁੱਲ੍ਹਿਆ ਪਿਆ, ਉਹਦੀ ਵੀ ਮੋਟਰ ਪਤਾ ਨਹੀਂ ਕੀ ਸੀਗਾ ਖਰਾਬ। ਆਹ ਵੇਖੋ ਸਾਰਾ ਫਰਾਟਾ ਵੀ ਖੁੱਲ੍ਹਿਆ ਹੋਇਆ, ਪੱਖੀ ਝੱਲਦੀ ਪਈ ਹਾਂ ਮੈਂ, ਅਤੇ ਗਰਮੀ ਦੇ ਵਿੱਚ ਵਿਚਾਰਾ ਲੱਗਿਆ ਹੋਇਆ, ਹਨੇਰਾ ਵੀ ਪੈ ਗਿਆ ਸੀਗਾ। ਅਤੇ ਉੱਧਰੋਂ ਮਸ਼ੀਨ ਖਰਾਬ ਹੋ ਗਈ, ਉੱਧਰੋਂ ਫਰਾਟਾ, ਅਤੇ ਇੱਧਰ ਕੋਠੇ 'ਤੇ ਜਿਹੜੀ ਸਾਡੀ ਲਾਈਟ ਸੀ ਨਾ ਬੱਲਬ, ਉਹਨੂੰ ਵੀ ਪਤਾ ਨਹੀਂ ਕੀ ਹੋਇਆ, ਇਹਨੂੰ ਮੌਕੇ 'ਤੇ ਉਹ ਵੀ ਨਹੀਂ ਹੁਣ ਚੱਲਦਾ ਪਿਆ ਹੈਗਾ, ਹਨੇਰੇ ਦੇ ਵਿੱਚ ਹੀ ਲੱਗੇ ਹੋਏ ਆ ਫੋਨ ਦੀ ਲਾਈਟ ਜਗਾ ਕੇ। ਅਤੇ ਉੱਧਰੋਂ ਨੀਚੇ ਬਾਥਰੂਮ ਦੇ ਵਿੱਚ ਪਲੰਬਰ ਵੀ ਲੱਗੇ ਹੋਏ ਨੇ, ਵਾਧੂ ਖਿਲਾਰਾ ਪੈ ਗਿਆ, ਪੱਖਾ ਮਸ਼ੀਨ ਲਾਈਟ ਬਹੁਤ। ਆਹ ਵੇਖੋ ਸਮਾਨ ਕਿੱਦਾਂ ਖਿਲ ਰਿਹਾ ਪਿਆ ਹਨੇਰੇ ਦੇ ਵਿੱਚ, ਵਿਚਾਰਾ ਪੱਖੇ ਨੂੰ ਲੱਗਿਆ ਹੋਇਆ ਸੈੱਟ ਕਰਨ, ਪਰ ਤਾਂ ਮੈਂ ਧੋਤੇ ਸੀਗੇ। ਅਤੇ ਹੁਣ ਜੀ ਪੱਖਾ ਆਪਣਾ ਫਿੱਟ ਕਰ ਦਿੱਤਾ ਹੈ, ਅਤੇ ਹੁਣ ਚੈੱਕ ਕਰਦੇ ਪਏ ਚਲਾ ਕੇ ਵੀ ਕਿੰਨੀ ਕੁ ਸਪੀਡ ਹੈ। ਅਤੇ ਆਹ ਵੇਖੋ ਜੀ ਇੱਧਰ ਆਪਾਂ ਬਾਥਰੂਮ ਦੇ ਵਿੱਚ ਸੀਟ ਲਵਾਉਣ ਲੱਗੇ ਹਾਂ, ਪਹਿਲਾਂ ਦੂਜੀ ਦੇਸੀ ਸੀਟ ਲੱਗੀ ਹੋਈ ਸੀਗੀ, ਅਤੇ ਉੱਧਰ ਸਾਰਾ ਪੱਟ ਪਟਈਆ ਕੀਤਾ ਹੋਇਆ ਬਾਥਰੂਮ ਦੇ ਵਿੱਚ, ਅਤੇ ਵਿੱਚੇ ਕਦੀ ਮਸ਼ੀਨ ਵਾਲਾ ਆ ਜਾਂਦਾ ਸੀ। ਪੱਖਾ ਤਾਂ ਠੀਕ ਹੋ ਗਿਆ ਸੀ ਰਾਤੀ, ਮਸ਼ੀਨ ਦਾ ਹਲੇ ਕੰਮ ਰਹਿੰਦਾ, ਕੁਛ ਸਮਾਨ ਲੈ ਕੇ ਆਉਣਾ ਸੀ ਮਿਲਿਆ ਨਹੀਂ ਸੀ, ਅੱਜ ਲੈ ਕੇ ਆਇਆ। ਆਹ ਵੇਖੋ ਵਿੱਚੇ ਬਾਥਰੂਮ ਦਾ ਤੋੜ ਭੰਨ ਹੋਈ ਪਈ ਹੈ, ਅਤੇ ਉੱਤੋਂ ਗਰਮੀ ਇੰਨੀ ਜ਼ਿਆਦਾ ਹੋਈ ਪਈ ਹੈ, ਨਾ ਮੀਂਹ ਪੈ ਰਿਹਾ ਨਾ ਹਵਾ ਚੱਲਦੀ ਹੈ। ਅਤੇ ਇੱਧਰ ਮਸ਼ੀਨ ਦੇ ਉੱਤੇ ਮੈਂ ਕੱਪੜੇ ਰੱਖੇ ਹੋਏ ਨੇ ਬੰਨ ਕੇ ਧੋਣ ਨੂੰ, ਅਤੇ ਠੀਕ ਹੋਊਗੀ ਤਾਂ ਧੋਵਾਂਗੀ ਕੱਪੜੇ। ਅਤੇ ਅਮਲ ਵਾਲਾ ਅਸੀਂ ਇੱਧਰ ਬਾਹਰ ਪਵਾ ਰਹੇ ਸੀਗੇ, ਆਹ ਨਾ ਥੋੜ੍ਹੀ ਜਿਹੀ ਜਗ੍ਹਾ ਨੀਵੀਂ ਸੀ, ਇੱਧਰ ਪਾਣੀ ਜਿਹਾ ਖੜ੍ਹ ਜਾਂਦਾ, ਮੀਂਹ ਵਗੈਰਾ ਦਾ ਵੀ ਪਾਣੀ ਖੜ੍ਹ ਜਾਂਦਾ, ਜਿਵੇਂ ਮਾੜਾ ਮੋਟਾ ਘਰ ਦਾ ਵੀ ਆਪਾਂ ਥੋੜ੍ਹੀ ਥੋੜ੍ਹੀ ਧੋਂਦੇ ਹਾਂ ਨਾ, ਅਤੇ ਫਿਰ ਅਸੀਂ ਕਿਹਾ ਇੱਥੇ ਮਲਬਾ ਪਵਾ ਦਿੰਦੇ ਹਾਂ। ਅਤੇ ਆ ਜੀ ਹੁਣ ਸਾਰਾ ਪੱਥਰ ਪੁੱਥਰ ਪਾਉਣ ਵਾਲਾ ਮੁੰਡਾ ਲੱਗਿਆ ਹੋਇਆ, ਬਾਕੀ ਫਿਰ ਪਲੰਬਰ ਦਾ ਕੰਮ ਰਹਿ ਜੂਗਾ। ਅਤੇ ਆ ਡੋਗੀ ਨੂੰ ਵੀ ਵਿਚਾਰੀ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਪਈ ਆ, ਵੀ ਖਲਾਰੇ ਦੇ ਵਿੱਚ ਬੈਠੀ ਆ ਕੇ, ਇਹਨੂੰ ਮੈਂ ਕਿਹਾ ਛਾਂ 'ਚ ਆ ਕੇ ਬਹਿ ਜਾ, ਅਤੇ ਇੱਧਰ ਧੁੱਪ ਪੈ ਰਹੀ ਹੈ ਅਤੇ ਉਹ ਧੁੱਪੇ ਬੈਠੀ ਹੋਈ ਹੈ, ਫਿਰ ਆਪਣੀ ਮਰਜ਼ੀ ਨਾਲ ਹੀ ਬਸ ਦਿਲ ਕਰਦਾ ਸੀਗਾ ਉੱਠ ਕੇ ਬਹਿ ਜਾਂਦੀ ਸੀ, ਕਦੀ ਬਾਹਰ ਭੱਜ ਜਾਂਦੀ ਸੀਗੀ। ਮੈਂ ਇਹਨੂੰ ਸਗੋਂ ਪਾਣੀ ਵੀ ਦਿੱਤਾ ਪੀਣ ਨੂੰ, ਆਹ ਵੇਖੋ ਪਾਣੀ ਇਹਨੇ ਕਾਫੀ ਦੇਰ ਬਾਅਦ ਪੀਤਾ ਹੈ। ਫਿਰ ਇਹਨੂੰ ਬਿਸਕੁਟ ਦਿੱਤੇ ਨੇ ਦੋ, ਉਹ ਦੋ ਹੀ ਸੀਗੇ, ਬਿਸਕੁਟ ਖਤਮ ਸੀ। ਫਿਰ ਮੈਨੂੰ ਮੱਠੀਆਂ ਦਿੱਤੀਆਂ, ਮੱਠੀਆਂ ਬੜੇ ਸ਼ੌਂਕ ਨਾਲ ਇਹਨੇ ਖਾਧੀਆਂ ਨੇ। ਅਤੇ ਹੁਣ ਛਾਂ ਦੇ ਵਿੱਚ ਆ ਕੇ ਬੈਠੀ ਹੈ, ਜਦੋਂ ਮੈਂ ਇਹਨੂੰ ਪਿਆਰ ਨਾਲ ਕਹਿਣਾ ਪੁੱਤ ਛਾਂ 'ਚ ਆ ਕੇ ਬਹਿ ਜਾ, ਨਹੀਂ ਤਾਂ ਧੁੱਪੇ ਬੈਠੀ ਹੋਈ ਸੀਗੀ। ਹੁਣ ਬਸ ਇਹਨੇ ਮੱਠੀਆਂ ਖਾ ਕੇ ਅਤੇ ਪਾਣੀ ਪੂਣੀ ਪੀ ਕੇ ਬਸ ਆਪਣਾ ਆਰਾਮ ਨਾਲ ਬਹਿ ਜਾਣਾ। ਆਹ ਵੇਖੋ ਜੀ ਹੁਣ ਬਾਥਰੂਮ ਦੇ ਵਿੱਚ ਜਿਹੜਾ ਮਾਰਬਲ ਸੀ ਨਾ ਜਿੱਥੋਂ ਪੱਟਿਆ ਸੀਗਾ ਪਹਿਲਾਂ ਉੱਚਾ ਸੀਗਾ ਨਾ, ਉਹ ਹੁਣ ਬਿਲਕੁਲ ਬਰਾਬਰ ਕਰਤਾ ਫਰਸ਼, ਅਤੇ ਮਾਰਬਲ ਵਗੈਰਾ ਪਾ ਦਿੱਤਾ ਉਹਨੇ। ਅਤੇ ਹੁਣ ਸ਼ਾਮ ਨੂੰ ਪਲੰਬਰ ਆਏ ਸੀਗੇ, ਫਿਰ ਉਹ ਆਪਣਾ ਸੀਟ ਵਗੈਰਾ ਨੂੰ ਲਗਾ ਕੇ ਫਿਰ ਸੈੱਟ ਕਰਕੇ ਗਏ ਨੇ। ਅਤੇ ਆਹ ਵੇਖੋ ਸ਼ਾਮ ਦਾ ਟਾਈਮ ਹੈ, ਇੱਕ ਜਾਂਦਾ ਸੀ ਦੂਸਰਾ ਆ ਜਾਂਦਾ ਸੀ, ਬਹੁਤ ਜ਼ਿਆਦਾ ਖਲਾਰਾ ਪੈ ਗਿਆ ਸੀ, ਮੈਂ ਤਾਂ ਤੰਗ ਹੀ ਪੈ ਗਈ ਸੀਗੀ। ਅਤੇ ਹੁਣ ਜੀ ਮਸ਼ੀਨ ਵੀ ਆਪਣੀ ਸੈੱਟ ਹੋ ਗਈ ਹੈ, ਅਤੇ ਕਾਫੀ ਜ਼ਿਆਦਾ ਨਾ ਮਸ਼ੀਨ ਦੇ ਵਿੱਚ ਕਾਰਬਨ ਜੰਮਿਆ ਹੋਇਆ ਸੀਗਾ,
ਤੇ ਹੁਣ ਗੇੜੇ ਵੀ ਵਧੀਆ ਆ ਰਹੇ ਨੇ ਪਾਣੀ ਦੇ ਮਸ਼ੀਨ 'ਚ। ਅਤੇ ਆਹ ਵੇਖੋ ਤੁਸੀਂ ਦੂਸਰੇ ਦਿਨ ਦਾ ਹੈਗਾ ਵਿਊ, ਅਤੇ ਕਾਫੀ ਜ਼ਿਆਦਾ ਬੱਦਲ ਬੁੱਦਲ ਹੋਏ ਪਏ ਸੀਗੇ, ਮੌਸਮ ਬਹੁਤ ਵੈਸੇ ਵਧੀਆ ਹੀ ਹੋਇਆ ਪਿਆ, ਹਵਾ ਵਗੈਰਾ ਚੱਲਦੀ ਵੀ ਸੀ, ਪਰ ਮੀਂਹ ਲੱਗਦਾ ਸੀ ਬਹੁਤ ਜ਼ਿਆਦਾ ਤੇਜ਼ ਪਊਗਾ, ਪਰ ਮੀਂਹ ਬਿਲਕੁਲ ਵੀ ਨਹੀਂ ਪਿਆ। ਪਰ ਹਾਂ ਹਵਾ ਬਹੁਤ ਸੋਹਣੀ ਚੱਲਦੀ ਰਹੀ, ਬਿਨਾਂ ਪੱਖੇ ਤੋਂ ਵੀ ਕੋਠੇ 'ਤੇ ਐਨ ਵਧੀਆ ਲੱਗਦਾ ਪਿਆ ਸੀਗਾ, ਅਤੇ ਬਹੁਤ ਹੀ ਪਿਆਰਾ ਮੌਸਮ ਹੋਇਆ ਪਿਆ ਸੀ। ਮੈਂ ਕਿਹਾ ਚਲੋ ਥੋੜ੍ਹਾ ਜਿਹਾ ਵਿਊ ਦਿਖਾਉਂਦੇ ਹਾਂ ਤੁਹਾਨੂੰ। ਅਤੇ ਇੱਧਰ ਜੀ ਕਿਚਨ ਦੇ ਵਿੱਚ ਮੈਂ ਹੁਣ ਦਾਲ ਧਰੀ ਹੋਈ ਸੀ ਬਣਨ ਵਾਸਤੇ, ਦਾਲ ਮੇਰੀ ਬਣ ਚੱਲੀ ਆ ਵੇਖੋ, ਬਸ ਹੁਣ ਥੋੜ੍ਹੀ ਦੇਰ ਤੱਕ ਗੈਸ ਬੰਦ ਕਰ ਦਾਂਗੀ। ਆ ਥੋੜ੍ਹੇ ਜਿਹੇ ਭਾਂਡੇ ਨੇ ਟੋਕਰੇ ਦੇ ਵਿੱਚ, ਇਹਨਾਂ ਨੂੰ ਮੈਂ ਜੋੜ ਦਾਂਗੀ, ਅਤੇ ਫਿਰ ਥੋੜ੍ਹੇ ਜਿਹੜੇ ਭਾਂਡੇ ਧੋਣ ਵਾਲੇ ਉਹਨਾਂ ਨੂੰ ਧੋ ਲੈਂਦੀ ਹਾਂ। ਫਿਰ ਮੈਂ ਤੜਕਾ ਵੀ ਕੱਟ ਕੇ ਰੱਖਿਆ ਹੋਇਆ, ਭਾਂਡੇ ਵੀ ਧੋ ਕੇ ਫਿਰ ਤੜਕਾ ਭੁੰਨਾਂਗੀ ਦਾਲ ਵਾਸਤੇ। ਚਲੋ ਜੀ ਇੱਧਰ ਤੜਕਾ ਵੀ ਭੁੰਨਣਾ ਸ਼ੁਰੂ ਕਰਤਾ ਮੈਂ, ਅਤੇ ਹੁਣ ਬਸ ਟਮਾਟਰ ਪਾ ਦਾਂਗੀ, ਪਿਆਜ਼ ਭੁੰਨ ਲਏ ਨੇ, ਅਤੇ ਮੌਸਮ ਬਹੁਤ ਹੀ ਪਿਆਰਾ ਹੋਇਆ ਪਿਆ। ਆ ਸਾਡੇ ਕਿਚਨ ਦੇ ਵਿੱਚੋਂ ਨਾ ਸਾਰਾ ਬਾਹਰ ਦਾ ਵਿਊ ਦਿਖਦਾ, ਬਹੁਤ ਵਧੀਆ ਲੱਗਦਾ। ਲਓ ਜੀ ਕੁੱਕਰ ਦੀ ਭਾਫ਼ ਕੱਢ ਕੇ ਆਪਾਂ ਦਾਲ ਚੈੱਕ ਕਰ ਲੈਂਦੇ ਹਾਂ ਹੁਣ, ਅਤੇ ਆ ਵੇਖੋ ਜੀ ਦਾਲ ਨੂੰ ਕਿੰਨੇ ਸੋਹਣੇ ਉਬਾਲੇ ਆ ਰਹੇ ਨੇ, ਕਿਉਂਕਿ ਭਾਫ਼ ਦੇ ਵਿੱਚ ਹੀ ਸੀ ਨਾ ਹਲੇ, ਅਤੇ ਬਣ ਗਈ ਹੈ ਦਾਲ ਬਹੁਤ ਵਧੀਆ, ਗਲ ਵੀ ਗਈ ਹੈ, ਬਸ ਹੁਣ ਇਹਦੇ ਵਿੱਚ ਆਪਾਂ ਤੜਕਾ ਪਾ ਦਾਂਗੇ।